ਅਸੀਂ ਆ ਕੇ ਰਿਸ਼ਤਾ ਕਰਕੇ ਬੜੀ ਲੱਗੀ ਸਾਡੇ ਆਉਣ ਤੋਂ ਪਹਿਲਾਂ ਫੈਕਟਰੀ ਦੇ ਜਿਹੜੇ ਮੁਲਾਜ਼ਮ ਸੀਗੇ ਅੱਗ ਬੁਝਾ ਰਹੇ ਸੀ ਇਹਨਾਂ ਕੋਲ ਆਪਣਾ ਬੰਦੋਬਸਤ ਵਾਧੂ ਸੀਗਾ ਫਿਰ ਵੀ ਇਹਨਾਂ ਕੋਲ ਨਹੀਂ ਕਵਰ ਕਰ ਸਕੇ ਅਸੀਂ ਆ ਕੇ ਅਤੇ ਨਾਲ ਆ ਕੇ ਆਪਾਂ ਕੀਤਾ ਸਾਡੀਆਂ ਇੱਕ ਵਾਟਰ ਬੋਜਰ ਹੈ ਵੱਡਾ 12,000 ਲੀਟਰ ਦਾ ਇੱਕ ਛੋਟੀ ਗੱਡੀ ਆਈ ਆ ਮਿਸਟ ਵਾਟਰ अपने ढंग ना किया ना जी ये आप ही करी जाते बेचारे नहीं पता इन्हें ना इन्हों करी आप हर साल के एक दो बारी इन्हों आके ट्रेनिंग दे दी है सारा कुछ करके समझाई दा कि किसी वेले हफड़ा दफड़ी च नहीं इन्होंने चेत रहा पर फिर भी आप अगर काबू पा लिया समान की किसी का कुछ मुश्किल आई अंदर अपने बारे सानू कुछ नहीं पता ये तो मालकों को पता होगा कि अंदर की समान पे है कि नहीं प्लास्टिक नहीं ज़्यादा मेरा कि जल चुका है जलन लिया है आप आगे किया उस तो मेल्ट हो गए गार्ड गुड शायद शायद जी ठान डाउन हो गई है ਜੀ ਵੀਕੇ ਭਗਤ ਪਾਰਕ ਠੀਕ ਸਰ ਜਿਹੜੇ ਆਪਣੇ ਇੱਥੇ ਆਏ ਸੀਗੇ ਕਿੰਨਾ ਕਦੋਂ ਤੁਹਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਕੋਈ 4 ਵਜੇ ਕਸ਼ਮੀਰ ਉਹਨੇ ਕਾਲ ਆਈ ਰਾਹ ਜਿੰਨੇ ਦਿੱਤੀ ਕਾਲ ਫਿਰ ਅਸੀਂ ਉਸ ਵੇਲੇ ਮੌਕੇ 'ਤੇ ਸਾਡਾ ਅਸੀਂ ਉਸ ਵੇਲੇ ਟਰਨ ਆਊਟ ਕਰਤਾ ਇਹਨੂੰ ਅਤੇ ਅਸੀਂ ਆ ਕੇ ਰਿਸ਼ਤਾ ਕਰਕੇ ਬੜੀ ਲੱਗੀ ਸਾਡੇ ਆਉਣ ਤੋਂ ਪਹਿਲਾਂ ਫੈਕਟਰੀ ਦੇ ਜਿਹੜੇ ਮੁਲਾਜ਼ਮ ਸੀਗੇ ਅੱਗ ਬੁਝਾ ਰਹੇ ਸੀ ਇਹਨਾਂ ਕੋਲ ਆਪਣਾ ਬੰਦੋਬਸਤ ਵਾਧੂ ਸੀਗਾ ਫਿਰ ਵੀ ਇਹਨਾਂ ਕੋਲ ਨਹੀਂ ਕਵਰ ਕਰ ਸਕੇ ਅਸੀਂ ਆ ਕੇ ਅਤੇ ਨਾਲ ਆ ਕੇ ਆਪਾਂ ਕੀਤਾ ਸਾਡੀਆਂ ਇੱਕ ਵਾਟਰ ਬੋਜਰ ਹੈ ਵੱਡਾ 12,000 ਲੀਟਰ ਦਾ ਇੱਕ ਛੋਟੀ ਗੱਡੀ ਆਈ ਆ ਮਿਸਟ ਵਾਟਰ ਉਹ ਆਪਣੇ 5,000 ਲੀਟਰ ਦੀ ਆਪਾਂ ਆ ਕੇ ਸਾਰੇ ਹਾਲਾਤ ਨੂੰ ਕਾਬੂ ਕੀਤਾ ਕਾਫੀ ਜਦੋਂ ਜ਼ਿਆਦਾ ਬਾਅਦ ਆਪਾਂ ਹਾਲਾਤ ਕਾਬੂ ਕੀਤੇ ਸਾਰੇ ਤੁਸੀਂ ਜਿਵੇਂ ਦੱਸਿਆ ਕਿ ਪਹਿਲਾਂ ਲੱਗੇ ਹੋਏ ਸੀ ਪਰ ਇਹ ਕਿ ਟੈਕਨੀਕਲੀ ਕਿਸ ਤਰੀਕੇ ਨਾਲ ਹੈਂਡਲ ਕਰਨਾ ਸਾਰਾ ਕੁਝ ਤੁਹਾਨੂੰ ਆਪਣੇ ਇਸ ਚੀਜ਼ ਦੇ ਨਾਲ ਸਾਰਾ ਹੁੰਦਾ ਜੀ ਉਹ ਫਿਰ ਆਪਣੇ ਢੰਗ ਨਾਲ ਕੀਤਾ ਨਾ ਜੀ ਇਹ ਆਪ ਹੀ ਕਰੀ ਜਾਂਦੇ ਵਿਚਾਰਿਆਂ ਨੂੰ ਨਹੀਂ ਪਤਾ ਇਹਨਾਂ ਨਾ ਇਹਨਾਂ ਨੂੰ ਕਰੀ ਦਾ ਆਪਾਂ ਹਰ ਸਾਲ ਦੇ ਵਿੱਚ ਇੱਕ ਦੋ ਵਾਰੀ ਇਹਨਾਂ ਨੂੰ ਆ ਕੇ ਟ੍ਰੇਨਿੰਗ ਦੇਈਦੀ ਹੈ ਸਾਰਾ ਕੁਝ ਫਿਰ ਕੇ ਸਮਝਾਈਦਾ ਰੱਖ ਕਿਸੇ ਵੇਲੇ ਹਫੜਾ ਦਫੜੀ 'ਚ ਨਹੀਂ ਇਹਨਾਂ ਨੂੰ ਚੇਤ ਰਹਿੰਦਾ ਪਰ ਫਿਰ ਵੀ ਆਪਾਂ ਅੱਗ 'ਤੇ ਕਾਬੂ ਪਾ ਲਿਆ ਕਿੰਨਾ ਕੁ ਟਾਈਮ ਲੱਗਾ ਹੈਗਾ ਅਤੇ ਆਪਣੇ ਨੂੰ ਲੱਗ ਹੀ ਗਿਆ ਕੋਈ ਘੰਟਾ ਸਵਾ ਘੰਟਾ ਲੱਗ ਹੀ ਗਿਆ ਜੀ ਅਤੇ ਕੁਛ ਪਤਾ ਲੱਗਾ ਹਾਲੇ ਤੱਕ ਕੀ ਅੱਗ ਲੱਗੀ ਹੈਗੀ ਅਤੇ ਕਿਹੜੇ ਕਿਹੜੇ ਸਮਾਨ ਕੀ ਸਕਦਾ ਕੁਛ ਮੁਸ਼ਕਿਲ ਆਈ ਅੰਦਰ ਆਪਣੇ ਬਾਰੇ ਸਾਨੂੰ ਕੁਛ ਨਹੀਂ ਪਤਾ ਇਹ ਤਾਂ ਮਾਲਕਾਂ ਨੂੰ ਪਤਾ ਹੋਊਗਾ ਕਿ ਅੰਦਰ ਕੀ ਸਮਾਨ ਪਿਆ ਕੀ ਨਹੀਂ ਗਾ ਪਲਾਸਟਿਕ ਨਹੀਂ ਜਿਹੜਾ ਮੇਰਾ ਕਿ ਜਲ ਚੁੱਕਿਆ ਹੈਗਾ ਜਲਣ ਲਿਆ ਹੈਗਾ ਆਪਾਂ ਅੱਗੇ ਕੀਤਾ ਉਸ ਤੋਂ ਮੈਲਟ ਹੋ ਗਏ ਗਾਰਡ ਗੁੱਡ ਸ਼ੈੱਡ ਜੀ ਠਾਹ ਨੂੰ ਡਾਊਨ ਹੋ ਗਈ ਆ ਬਸ ਇਹਨਾਂ ਦੀ ਅੱਗੇ ਫੋਨ ਆਇਆ ਇਸ ਵੇਲੇ ਪੂਰਾ ਪ੍ਰੋਪਰ ਆਪਾਂ ਅੱਗ ਬੰਦ ਕਰ ਦਿੱਤਾ ਤੁਸੀਂ ਆਪਣੇ ਇੱਧਰ ਜਿਹੜੇ ਹੋਰ ਆਪਣੇ ਹੈਗੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿੱਦਾਂ ਇਹਨਾਂ ਨੇ ਆਪਣਾ ਅਰੇਂਜਮੈਂਟ ਕਰ ਸਕਿਆ ਬਾਕੀ ਵੀ ਇੱਧਰ ਤੋਂ ਆਪਣੇ ਜੀ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਇੱਕ ਤੇ ਜਦੋਂ ਫਾਇਰ ਕਾਲ 'ਚ ਗੱਡੀ ਜਾਂਦੀ ਹੈ ਸਾਨੂੰ ਰਾਹ ਦਿੱਤਾ ਜਾਵੇ ਪਹਿਲ ਦੇ ਆਧਾਰ 'ਤੇ ਰਾਹ ਦਿੱਤਾ ਜਾਵੇ ਔਰ ਦੂਸਰਾ ਇਹ ਆ ਵੀ ਜਦੋਂ ਅਸੀਂ ਕੰਮ ਕਰਦੇ ਹਾਂ ਸਾਨੂੰ ਕੰਮ 'ਚ ਵਿਘਨ ਨਾ ਪਾਇਆ ਜਾਵੇ ਕਿਉਂਕਿ ਫੈਕਟਰੀ ਵਾਲੇ ਇਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਇਹ ਆਪਣਾ ਕਰਦੇ ਹਰ ਕੋਈ ਹੁੰਦਾ ਵੀ ਅਸੀਂ ਬੁਝਾਈ ਆ ਗਏ ਛੇਤੀ ਕੰਮ ਪਾਈਏ ਛੇਤੀ ਛੇਤੀ ਦੇ ਹਫੜਾ ਤਬੜੀ 'ਚ ਕੰਮ ਥੋੜ੍ਹਾ ਹੋ ਜਾਂਦਾ ਖਰਾਬ ਹੋ ਜਾਂਦਾ ਇਸ ਕਰਕੇ ਕਿਤੇ ਜਾਨੀ ਮਾਲੀ ਨੁਕਸਾਨ ਨਾ ਹੋਵੇ ਸਾਡਾ ਇਹੀ ਹੁੰਦਾ ਲੋਕਾਂ ਨੂੰ ਸੰਦੇਸ਼ ਹੈ ਵੀ ਧਿਆਨ ਰੱਖੋ ਇਸ ਚੀਜ਼ ਦਾ